ਗੁਰਬਖਸ਼ ਸਿੰਘ ਨੂੰ ਇਕੱਲੇ ਨੂੰ ਦੋਸ਼ੀ ਠਹਿਰਾ ਦਿੱਤਾ ਗਿਆ, ਹਾਲਾਂਕਿ ਉਹਦਾ ਦੋਸ਼ ਨਹੀਂ ਸੀ। ਦੇਖੋ ਅਰਦਾਸ ਜਿਹੜੀ ਗੁਰਬਖਸ਼ ਸਿੰਘ ਨੇ ਅਰਦਾਸ ਕੀਤੀ ਸੀ ਉਹ ਕੀਤੀ ਸੀ ਤਿੰਨ ਸਿੰਘਾਂ ਦੀ। ਜਿਹੜੇ ਸਰਬੱਤ ਖਾਲਸਾ ਦੇ ਪ੍ਰਬੰਧਕ ਸੀ ਉਹ ਸਿਆਸੀ ਬੰਦੇ ਸੀ ਤੇ ਉਹ ਆਪਦੇ ਸਿਆਸੀ ਜ਼ਮੀਨ ਉਹਦੇ ਵਿੱਚੋਂ ਤਲਾਸ਼ ਰਹੇ ਸੀ ਤੇ ਅਕਾਲ ਤਖ਼ਤ ਦਾ ਜਥੇਦਾਰ ਦਾ ਸੰਗਤ ਨੇ ਬਾਈਕਾਟ ਕਰ ਦਿੱਤਾ। ਤੁਸੀਂ ਉਹਦੇ ਮੁਤਬਾਜੀ ਜਥੇਦਾਰ ਸਾਹਿਬ ਦੇ, ਉਹ ਕਿਸ ਕੰਮ ਆਏ ਕੌਮ ਦੇ? ਹੁਣ ਕੌਮ ਦੁਰਾਹੇ ਤੇ ਖੜੀ ਹੈ, ਕੋਈ ਸ਼ਿਕਾਇਤ ਲੈ ਕੇ ਜਾਣੀ ਆ ਉਹ ਇਹਨਾਂ ਕੋਲ ਲੈ ਕੇ ਆਵੇ। ਇਹਨਾਂ ਕੋਲ ਕੋਈ ਸਿਧਾਂਤ ਨਹੀਂ, ਸਥਿਤੀ ਨਹੀਂ, ਕੋਈ ਜਗ੍ਹਾ ਨਹੀਂ ਹੈ, ਉਹ ਚੀਜ਼ ਨਹੀਂ ਹੈ ਜਿਹੜੀ ਮਾਨਤਾ ਪ੍ਰਾਪਤ ਹੋਵੇ। ਸਾਡੀਆਂ ਜਥੇਬੰਦੀਆਂ ਨੇ ਜਿਹੜੇ ਦਾਅਵਾ ਕਰਦੇ ਆ ਵੀ ਹਾਂਜੀ ਅਸੀਂ ਮੂਹਰੇ ਠੇਕੇਦਾਰ ਬਣੇ ਹੋਏ ਨੇ, ਲੰਬੜਦਾਰੀ ਜਿਹੜੇ ਕਰਦੇ ਨੇ ਉਹ ਜ਼ਿੰਮੇਵਾਰ ਨੇ, ਉਹਨਾਂ ਨੇ ਕਿਉਂ ਨਾ ਕਾਨੂੰਨੀ ਲੜਾਈ ਸਹੀ ਤਰੀਕੇ ਲੜੀ? ਬਾਪੂ ਹਜ਼ੂਰ ਸਿੰਘ ਅਸੀਂ ਸੰਘਰਸ਼ ਲੜਿਆ, ਅਸੀਂ ਉੱਥੇ ਬੈਠੇ ਸੀਗੇ, ਸਾਨੂੰ ਪੀਏ ਦਿਨ ਆ ਕੇ ਪੁਲਿਸ ਚੱਕ ਲੈਂਦੀ ਸੀ। ਬਰਗਾੜੀ ਮੋਰਚਾ 6 ਮਹੀਨੇ ਬਿਨਾਂ ਸਹਿਮਤੀ ਤੋਂ ਕਿਵੇਂ ਚੱਲ ਗਿਆ? ਜਗਤਾਰ ਸਿੰਘ ਹਵਾਰਾ ਲਈ ਤਾਂ ਭੱਟੇ ਵਕੀਲ ਆਪਣੇ